ਗੁਰੂ ਨਾਨਕ ਦੇ ਨੈਣਾ ਦੇ ਨੂਰ ਸਿੱਖਾ ਤੇ ਸਦਾ ਲਈ ਇਹ ਦੁਨੀਆ ਆਬਾਦ ਤੇਰੀ ਲੱਖਾਂ ਪਿੰਜਰਿਆਂ ਵਿੱਚ ਤੂੰ ਕੈਦ ਹੋਵੇ ਤੇ ਫਿਰ ਵੀ ਰਹੇਗੀ ਰੂਹ ਅਜ਼ਾਦ ਤੇਰੀ ਹੋ ਤਾਰਾ ਤੂੰ ਦਸ਼ਮੇਸ਼ ਦੀ ਆਖਦਾ ਹੈ ਤੇ ਸੂਰਜ ਝੱਲ ਨਹੀਂ ਸਕਦਾ ਤਾਪ ਤੇਰੀ ਯੋਰਾਵਰ ਤੇ ਫਤਿਹ ਦੇ ਸੀਸੀ ਉੱਤੇ ਰੱਖੀ ਦੁੱਲਿਆ ਗਈ ਬੁਨਿਆਦ ਤੇਰੀ ਰੱਖੀ ਦੁੱਲਿਆ ਗਈ ਬੁਨਿਆਦ ਤੇਰੀ ਦਸਾਂ ਗੁਰਾਂ ਦਾ ਇਹ ਸਰੂਪ ਜਾਣੋ ਨਾਲ ਹੱਥਾਂ ਦੇ ਲਿਖੀ ਮਹਾਰਾਜ ਬਾਣੀ ਨੁਕਤਾ ਦੁਈ ਦਵੈਤ ਦਾ ਨਹੀਂ ਪਾਇਆ ਹਰ ਇੱਕ ਵਾਸਤੇ ਹੈ ਸਿਰ ਤਾਜ ਬਾਣੀ ਉਹ ਜੇ ਦਾਜੀ ਕਰਦਾ ਮੱਥਾ ਟੇਕ ਜਾਂਦਾ ਕਰਦੀ ਕਿਸੇ ਨੂੰ ਨਹੀਂ ਨਿਰਾਸ਼ ਬਾਣੀ ਤੰਨੇ ਵਾਂਗ ਰੱਖੀਏ ਸਦਕ ਪੂਰਾ ਓ ਜੀ ਤੰਨੇ ਵਾਂਗ ਸਵਾਰ ਦੀ ਕਾਜ ਬਾਣੀ ਜੀ ਤੰਨੇ ਵਾਂਗ ਸਵਾਰ ਦੀ ਕਾਜ ਬਾਣੀ ਤੇਰੇ ਦਰ ਤੇ ਨਿਮਾਣੇ ਹਰੀ ਜਾਂ ਗੁਜ਼ਾਰ ਦੇ ਸਾਡੇ ਡੁੱਬਦੇ ਜਨਾਂ ਦੇ ਦਾਤਾ ਬੇੜੇ ਤਾਰ ਦੇ ਸਾਡੇ ਡੁੱਬਦੇ ਜਨਾਂ ਦੇ ਦਾਤਾ ਬੇੜੇ ਤਾਰ ਦੇ ਓ ਸਾਡੀ ਮੰਗਾਂ ਵਾਲੀ ਲਿਸ਼ਟ ਲੋ ਮੇਰੀ ਪਾਤਸ਼ਾਹ ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ ਓ ਤੇਰੇ ਦਰ ਤੇ ਨਿਮਾਣੇ ਹਰੀ ਜਾਂ ਗੁਜ਼ਾਰ ਦੇ ਸਾਡੇ ਡੁੱਬਦੇ ਜਨਾਂ ਦੇ ਦਾਤਾ ਬੇੜੇ ਤਾਰ ਦੇ ਸਾਡੇ ਡੁੱਬਦੇ ਜਨਾਂ ਦੇ ਦਾਤਾ ਬੇੜੇ ਤਾਰ ਦੇ ਓ ਸਾਡੀ ਮੰਗਾਂ ਵਾਲੀ ਲਿਸਟ ਲੋ ਮੇਰੀ ਪਾਤਸ਼ਾਹ ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ ਓ ਦਿੱਤਾ ਜੀਵਨ ਤੂੰ ਦਾਤਾ ਤੇਰਾ ਧੰਨਵਾਦ ਹੈ ਇਹ ਦਾਤ ਮਿਲੀ ਕਈ ਜਨਮਾਂ ਤੋਂ ਬਾਅਦ ਹੈ ਇਹ ਦਾਤ ਮਿਲੀ ਕਈ ਜਨਮਾਂ ਤੋਂ ਬਾਅਦ ਹੈ ਕੱਟ ਕੇ ਚੌਰਾਸੀ ਵਾਲੀ ਫੇਰੀ ਪਾਤਸ਼ਾਹ ਜੀ ਆਏ ਕੱਟ ਕੇ
ਆਏ ਕੱਟ ਕੇ ਚੌਰਾਸੀ ਵਾਲੀ ਫੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ। ਉਹ ਜਿਵੇਂ ਮਾਤਾ ਦੇ ਗਰਭ ਵਿੱਚ ਕਰੇ ਰੱਖਿਆ, ਜਿਵੇਂ ਮਾਤਾ ਦੇ ਗਰਭ ਵਿੱਚ ਕਰੇ ਰੱਖਿਆ, ਉਵੇਂ ਰੱਖ ਮੈਨੂੰ ਜੱਗ ਫਿਰੇ ਬੜਾ ਤਪਿਆ, ਉਵੇਂ ਰੱਖ ਮੈਨੂੰ ਜੱਗ ਫਿਰੇ ਬੜਾ ਤਪਿਆ। ਤਿੰਨਾਂ ਤਾਪਾਂ ਦੀ ਤਪਸ ਸਾੜੇ ਜਿਹੜੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ। ਦਿੱਤੇ ਰਹਿਣ ਦੇ ਲਈ ਸੋਹਣੇ ਮਹਿਲ ਅਤੇ ਮਾੜੀਆਂ, ਅਸੀਂ ਤਾਤੇ ਨਾਲੋਂ ਦਾਤਾਂ ਰੱਖੀਆਂ ਪਿਆਰੀਆਂ, ਅਸੀਂ ਤਾਤੇ ਨਾਲੋਂ ਦਾਤਾਂ ਰੱਖੀਆਂ ਪਿਆਰੀਆਂ। ਜਿੰਦ ਮੋਹ ਅਤੇ ਮਾਇਆ ਨੇ ਹੈ ਕੇਰੀ ਪਾਤਸ਼ਾਹ, ਜਿੰਦ ਮੋਹ ਅਤੇ ਮਾਇਆ ਨੇ ਹੈ ਕੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ। ਉਹ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਨੇ, ਤੁਸੀਂ ਇਹਨਾਂ ਤੋਂ ਬਚਾ ਕੇ ਦਿੱਤੇ ਕਿੰਨੇ ਤਾਰ ਨੇ, ਤੁਸੀਂ ਇਹਨਾਂ ਤੋਂ ਬਚਾ ਕੇ ਦਿੱਤੇ ਕਿੰਨੇ ਤਾਰ ਨੇ। ਉਹ ਆਈ ਜਿੰਦ ਤੇ ਵਿਕਾਰਾਂ ਦੀ ਹਨੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ। ਉਹ ਧੰਨੇ ਵਾਂਗ ਕੁਝ ਦਾਤਾਂ ਜੋਣ ਦੇ ਲਈ ਮੰਗਾਂ ਮੈਂ, ਉਹੀ ਮੰਗਦਾ ਹਾਂ ਮੰਗਣੋ ਨਾ ਕਦੇ ਸੰਗਾ ਮੈਂ, ਉਹੀ ਮੰਗਦਾ ਹਾਂ ਮੰਗਣੋ ਨਾ ਕਦੇ ਸੰਗਾ ਮੈਂ। ਉਹ ਦਾਲ ਸੀਧਾ ਘਿਓ ਮੰਜੀ ਤੇ ਲਵੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ। ਉਹ ਨਾਮ ਦਾਨ ਇਸ਼ਨਾਨ ਸਤ ਸੰਗ ਬਕਿਸ਼ੋ, ਸਾਡੀ ਜ਼ਿੰਦਗੀ 'ਚ ਗੂੜਾ ਕੋਈ ਰੰਗ ਬਕਿਸ਼ੋ, ਸਾਡੀ ਜ਼ਿੰਦਗੀ 'ਚ ਗੂੜਾ ਕੋਈ ਰੰਗ ਬਕਿਸ਼ੋ। ਉਹ ਨੇਕ ਕੰਮਾਂ ਵੱਲੋਂ ਕਰੀਏ ਨਾ ਤੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ। ਦੇਵੋ ਸ਼ਹਿਰ ਤਾਹੀ ਦਾਤ ਲਿਖਣ ਤੇ ਗਾਉਣ ਦੀ, ਵਿੱਚ ਸੰਗਤ ਦੇ ਖਾਣੇ ਸੱਚ ਨੂੰ ਸੁਣਾਉਣ ਦੀ, ਵਿੱਚ ਸੰਗਤ ਦੇ ਖਾਣੇ ਸੱਚ ਨੂੰ ਸੁਣਾਉਣ ਦੀ। ਕਹੇ ਪੱਧਰੀ ਜੀ ਨਜ਼ਰਾਂ ਨਾ ਫੇਰੀ ਪਾਤਸ਼ਾਹ, ਕਹੇ ਪੱਧਰੀ ਜੀ ਨਜ਼ਰਾਂ ਨਾ ਫੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ, ਹੋਰ ਆਸ ਰਾਣੀ ਇੱਕ ਓਟ ਤੇਰੀ ਪਾਤਸ਼ਾਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸ ਗੁਰੂ ਸਾਹਿਬਾਨ ਦੀ ਆਤਮਿਕ ਜੋਤ, ਰਹਿਮਤਾਂ ਦੇ ਦਾਤੇ, ਗੁਣੀ ਨਿਧਾਨ ਖਜ਼ਾਨੇ,
ਜਗਤ ਦੀ ਇਕਲੌਤੀ ਆਸ, ਦੀਨ ਦੁਨੀ ਦੇ ਮਾਲਕ, ਸਰਬ ਕਲਾ ਸਮਰੱਥ, ਸ਼ਬਦ ਗੁਰੂ ਅਵਤਾਰ, ਹਾਜ਼ਰ ਨਾਜ਼ਰ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਧੰਨ ਧੰਨ ਭਗਤ ਧੰਨਾ ਜੀ, ਉਹਨਾਂ ਦੇ ਮੁਬਾਰਕ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਵਾਸਤੇ ਇਕੱਤਰ ਹੋਈ ਗੁਰੂ ਪਿਆਰੀ ਗੁਰਸਵਾਰੀ ਸਤਸੰਗ ਜੀ, ਬਹੁਤ ਵਡਭਾਗੇ ਹਾਂ ਜੋ ਇਸ ਵੇਲੇ ਸਤਸੰਗਤ ਦੀਆਂ ਕੜੀਆਂ ਦੇ ਆਨੰਦ ਮਾਣ ਰਹੇ ਹਾਂ। ਸੋ ਆਓ ਸਾਡੀ ਅਤੇ ਆਪਣੀ ਹਾਜ਼ਰੀ ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਲਵਾਈਏ। ਪਿਆਰ ਸਾਹਿਤ ਫਤਿਹ ਦੀ ਸਾਂਝ ਪਾਓ, ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ, ਉਹ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ। ਉਹਨਾਂ ਨੇ ਭਗਤ ਧੰਨਾ ਜੀ ਦੇ ਜੀਵਨ ਦੇ ਉੱਤੇ ਉਹਨਾਂ ਦੀ ਬਾਣੀ ਦੇ ਅਨੁਸਾਰ ਚਾਨਣਾ ਪਾਇਆ, ਵਿਸਤਾਰ ਸਹਿਤ ਉਹਨਾਂ ਨੇ ਭਗਤ ਜੀ ਦਾ ਇਤਿਹਾਸ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸੋ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ, ਅਦਰ ਦੇ ਨਾਲ ਸਰਵਣ ਕੀਤਾ ਹੈ। ਸੋ ਜਿੱਥੇ ਉਹਨਾਂ ਨੇ ਗੱਲ ਲਿਆ ਕੇ ਛੱਡੀ ਹੈ, ਉਹਨਾਂ ਨੇ ਜ਼ਕਰੀਆ ਖਾਨ ਦੀ ਗੱਲ ਕੀਤੀ, ਸ਼ਾਹ ਬੇਗ ਸਿੰਘ, ਸ਼ਾਹਬਾਜ਼ ਸਿੰਘ ਦੀ ਗੱਲ ਕੀਤੀ, ਉਸ ਸਮੇਂ ਦੇ ਸਿੱਖਾਂ ਦੇ ਸਿਦਕ ਦੀ, ਸਿਰੜ ਦੀ ਗੱਲ ਕੀਤੀ, ਨਾਲ ਦੀ ਨਾਲ ਜ਼ਕਰੀਆ ਖਾਨ ਵਰਗੇ ਹੰਕਾਰੀ ਅਤੇ ਜ਼ਾਲਮ ਸੂਬੇਦਾਰ ਦੀ ਨਿਰਦੈਤਾ ਦੀ ਗੱਲ ਕੀਤੀ ਕਿ ਉਹ ਕਿੰਨਾ ਨਿਰਦਈ ਸੀ। ਸੋ ਮੈਂ ਗੱਲ ਇੱਥੋਂ ਹੀ ਸ਼ੁਰੂ ਕਰਨਾ ਚਾਹੁੰਦਾ। ਆਰੰਭ ਦੇ ਵਿੱਚ ਭਗਤ ਧੰਨਾ ਜੀ ਦੇ ਮੁਬਾਰਕ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਅਸੀਂ ਇਸੇ ਤਰ੍ਹਾਂ ਜਿਨ੍ਹਾਂ ਨੇ ਸਾਡੇ ਬਦਲੇ ਕੁਰਬਾਨੀਆਂ ਕੀਤੀਆਂ ਜਾਂ ਗੁਰਬਾਣੀ ਦੁਆਰਾ ਸਾਨੂੰ ਬਹੁਤ ਅਨਮੋਲ ਖਜ਼ਾਨਾ ਦਿੱਤਾ, ਉਹਨਾਂ ਦੇ ਦਿਨ ਇਸੇ ਤਰ੍ਹਾਂ ਅਸੀਂ ਮਨਾਉਂਦੇ ਰਹੀਏ ਅਤੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਂਦੇ ਰਹੀਏ। ਆਰੰਭ ਦੇ ਵਿੱਚ ਇੱਕ ਅਰਦਾਸ ਹੈ, ਤੇਰਾ ਮੈਕ ਬਹਿੰਦਾ ਕਿ ਮੈਨੂੰ ਖੋਲ ਥੋੜ੍ਹਾ ਜਿਹਾ। ਸੋ ਇੱਕ ਅਰਦਾਸ ਆਈ ਹੈ, ਸਾਰੀ ਸੰਗਤ ਨੇ ਸਾਥ ਦੇਣਾ ਜੀ। ਭਾਈ ਗੁਰਪ੍ਰੀਤ ਸਿੰਘ ਜੀ ਸਭਰਾਵਾਂ ਤੋਂ, ਜੋ ਕਾਫੀ ਸਮੇਂ ਤੋਂ ਬਿਮਾਰ ਹਨ, ਉਹਨਾਂ ਦੀ ਤੰਦਰੁਸਤੀ ਵਾਸਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ। ਆਓ ਸਾਰੀ ਸੰਗਤ ਆਰੰਭ ਵਿੱਚ ਸਾਥ ਦਿਓ ਜੀ। ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਮੈਂ ਗੱਲ ਕਰ ਰਿਹਾ ਸੀ ਕਿ ਸਿੰਘ ਸਾਹਿਬ ਜੀ ਨੇ ਗੱਲ ਕੀਤੀ ਉਸ ਦੌਰ ਦੀ, ਜਿਹੜੇ ਦੌਰ ਦੇ ਵਿੱਚ ਕੌਮ ਨੂੰ ਬਹੁਤ ਔਖੀਆਂ ਕਠਿਨਾਈਆਂ ਭਰੇ ਸਮੇਂ ਦੇ ਵਿੱਚੋਂ ਲੰਘਣਾ ਪਿਆ। ਇਹ ਉਹ ਸਦੀ ਹੈ ਜਿਹੜੀ ਸਦੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਉਪਰੰਤ ਬਾਅਦ ਸਿੱਖਾਂ ਦੇ ਉੱਤੇ ਇੰਨੀ ਜ਼ਿਆਦਾ ਸਖਤੀ ਕੀਤੀ ਗਈ ਕਿ ਸਿੱਖਾਂ ਦਾ ਘਰਾਂ ਦੇ ਵਿੱਚ ਰਹਿਣਾ ਔਖਾ ਕਰ ਦਿੱਤਾ ਗਿਆ। ਸਿੱਖਾਂ ਦੇ ਘਰ ਘਾਟ ਜਲਾ ਦਿੱਤੇ ਗਏ, ਲੁੱਟ ਲਏ ਗਏ। ਸਿੱਖਾਂ ਨੇ ਆਪਣਾ ਟਿਕਾਣਾ ਜੰਗਲਾਂ ਵਿੱਚ ਜਾ ਕੇ ਕਰ ਲਿਆ। ਜੰਗਲਾਂ ਦੇ ਵਿੱਚ ਜਾ ਕੇ ਘੋੜਿਆਂ ਦੀਆਂ ਕੋਠੀਆਂ ਉੱਤੇ, ਕਾਠੀਆਂ ਦੇ ਉੱਤੇ ਉਹਨਾਂ ਦਾ ਟਿਕਾਣਾ, ਉੱਥੇ ਨੀਂਦ ਪੂਰੀ ਕਰ ਲੈਂਦੇ ਆ। ਭੁੱਜੇ ਹੋਏ ਛੋਲੇ ਖਾ ਕੇ ਕਹਿੰਦੇ ਆ ਕਿ ਬਦਾਮ ਚੱਬ ਲਏ ਆ। ਜੰਗਲਾਂ ਦੇ ਪੱਤੇ ਖਾ ਕੇ ਕਹਿੰਦੇ ਆ ਕਿ ਸ਼ਾਹੀ ਪਕਵਾਨ ਛਕ ਲਏ ਆ। ਕਈ ਦਿਨਾਂ ਬਾਅਦ ਕਿਤੇ ਜਾ ਕੇ ਪ੍ਰਸ਼ਾਦਾ ਪੱਕਣਾ, ਜਦੋਂ ਕਿਤੇ ਮਾਰ ਧਾੜ ਦੇ ਦੁਆਰਾ ਰਾਸ਼ਨ ਹੱਥ ਲੱਗ ਜਾਣਾ, ਤਾਂ ਉੱਚੇ ਬੈਠੇ ਟਾਂਗੂ ਦੀ ਡਿਊਟੀ ਲਾਈ ਹੁੰਦੀ ਸੀ ਕਿ ਤੂੰ ਆਵਾਜ਼ ਦੇਣੀ ਹੈ ਕਿ ਗੁਰੂ ਘਰ ਲੰਗਰ ਤਿਆਰ ਹੈ, ਕੋਈ ਨੇੜੇ ਭੁੱਖਾ ਹੋਵੇ, ਪ੍ਰਸ਼ਾਦਾ ਚਾਹੀਦਾ ਹੋਵੇ ਤਾਂ ਆ ਕੇ ਛਕ ਸਕਦਾ ਹੈ। ਅਤੇ ਪਤਾ ਖਾਲਸੇ ਦੀ ਫਰਾਕ ਦਿਲੀ ਕੀ ਸੀ ਕਿ ਜੇ ਕੋਈ ਦੁਸ਼ਮਣ ਦਾ ਸਿਪਾਹੀ ਵੀ ਆ ਜਾਂਦਾ ਸੀ ਉਹਨੂੰ ਵੀ ਪ੍ਰਸ਼ਾਦਾ ਛਕਣ ਤੋਂ ਨਹੀਂ ਸੀ ਰੋਕਦੇ। ਜਿਹਦੀ ਤਾਜ਼ਾ ਮਿਸਾਲ ਵੇਖਣੀ ਆ ਤਾਂ ਜਿਹੜਾ ਸੰਘਰਸ਼ ਪਿੱਛੇ ਚੱਲ ਰਿਹਾ, ਅੱਜ ਵੀ ਚੱਲ ਰਿਹਾ ਕਿਸਾਨ ਸੰਘਰਸ਼, ਇੱਥੇ ਉਹੀ ਲੋਕ ਡਾਂਗਾ ਮਾਰਨ ਵਾਲੇ, ਅਤੇ ਜਦੋਂ ਪ੍ਰਸ਼ਾਦਾ ਪੱਕਦਾ ਹੈ ਸਾਡੇ ਕਿਸਾਨ ਭਰਾ ਜਾਂ ਲਾਂਗਰੀ ਸਿੰਘ
ਗੁਰੂ ਦੇ ਪਿਆਰੇ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ ਆ ਜਾਓ ਛਕ ਲਓ ਲੰਗਰ, ਅਸੀਂ ਕੁਝ ਨਹੀਂ ਕਹਿੰਦੇ, ਤੁਸੀਂ ਤਾਂ ਡਾਂਗਾਂ ਹੀ ਮਾਰਨੀਆਂ, ਪਰ ਸਾਡਾ ਸੁਭਾਅ ਹੈ ਕਿ ਅਸੀਂ ਪ੍ਰਸ਼ਾਦਾ ਤਿਆਰ ਹੈ, ਅਸੀਂ ਤੁਹਾਨੂੰ ਆਵਾਜ਼ ਦਿੰਦੇ ਹਾਂ, ਉੱਥੇ ਫਿਰ ਆ ਵੀ ਜਾਂਦੇ ਆ, ਛਕਦੇ ਵੀ ਆ। ਗੱਲ 1726 ਦੀ ਹੈ, ਜਿਸ ਵੇਲੇ ਦਿੱਲੀ ਦੇ ਤਖ਼ਤ ਦੇ ਉੱਤੇ ਮੁਹੰਮਦ ਸ਼ਾਹ ਰੰਗੀਲਾ ਬੈਠਾ ਹੋਇਆ, ਉੱਥੋਂ ਦਾ ਵਜ਼ੀਰ ਹੈ ਕਮਰੂਦੀਨ ਅਤੇ ਦੂਸਰੇ ਪਾਸੇ ਲਾਹੌਰ ਦਾ ਸੂਬੇਦਾਰ ਹੈ ਜ਼ਕਰੀਆ ਖਾਨ, ਇਹਦਾ ਨਾਇਬ ਸੂਬੇਦਾਰ ਹੈ ਮੋਮਨ ਖਾਨ, ਇਹਦਾ ਦੀਵਾਨ ਹੈ ਜਿਹਨੂੰ ਆਪਾਂ ਜਸਪਤ ਰਾਏ ਅਤੇ ਲਖਪਤ ਰਾਏ ਦੋ ਭਰਾਵਾਂ ਨੂੰ ਆਪਾਂ ਜਾਣਦੇ ਹਾਂ, ਕਹਿਣ ਨੂੰ ਤਾਂ ਹਿੰਦੂ ਭਰਾ ਨੇ ਪਰ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖਾਂ ਦਾ ਕਤਲੇਆਮ ਕੀਤਾ। 1 ਲੱਖ ਤੋਂ ਉੱਪਰ ਇਹਨਾਂ ਦੋਵਾਂ ਭਰਾਵਾਂ ਨੇ ਸਿੱਖਾਂ ਦਾ, ਸਿੰਘਾਂ ਦਾ, ਸਿੰਘਣੀਆਂ ਦਾ, ਬੱਚਿਆਂ ਦਾ, ਭੁਚੰਗੀਆਂ ਦਾ, ਭੁਚੰਗਣਾਂ ਦਾ ਕਤਲੇਆਮ ਕੀਤਾ ਇਹਨਾਂ ਦੋਵਾਂ ਭਰਾਵਾਂ ਨੇ। ਇੱਥੋਂ ਤੱਕ ਕਿ ਭਾਈ ਮਨੀ ਸਿੰਘ ਜੀ ਵਰਗੇ ਸਤਪੁਰਸ਼ ਮਹਾਂਪੁਰਸ਼ ਉਹਨਾਂ ਦੀ ਸ਼ਹੀਦੀ ਵਿੱਚ ਵੀ ਇਹਨਾਂ ਦਾ ਤਗੜਾ ਹੱਥ ਹੈ। ਸੋ ਕਹਿਣ ਤੋਂ ਭਾਵ ਉਹ ਸਦੀ ਜਿਹੜੀ ਸਦੀ ਦੇ ਵਿੱਚ ਭਾਈ ਤਾਰੂ ਸਿੰਘ ਜੀ ਵਰਗੇ ਗੁਰਮੁਖ ਪਿਆਰੇ ਉਹਨਾਂ ਨੂੰ ਚਰਖੜੀਆਂ 'ਤੇ ਚਾੜਿਆ ਗਿਆ, ਉਹਨਾਂ ਦੀਆਂ ਖੋਪੜੀਆਂ ਉਤਾਰੀਆਂ ਗਈਆਂ, ਜਿਹੜੀ ਸਦੀ ਦੇ ਵਿੱਚ ਮੀਰ ਮਨੂ ਦੀਆਂ ਜੇਲ੍ਹਾਂ ਦੇ ਸਾਕੇ ਹੋਏ, ਇਹ ਉਸੇ ਸਦੀ ਦੀ ਗੱਲ ਹੈ। 1726 ਦਾ ਸਮਾਂ, ਇਸ ਦੇਸ਼ ਨੂੰ ਬਹੁਤ ਲੋਕ ਲੁੱਟਣ ਵਾਸਤੇ ਆਏ। ਇੱਕ ਹਾਕਮ ਆਇਆ ਨਾਦਰ ਸ਼ਾਹ, ਉਹ ਨਾਦਰ ਸ਼ਾਹ ਜਦੋਂ ਦਿੱਲੀ ਤੋਂ ਬਹੁਤ ਤਕੜੀ ਲੁੱਟ ਲੈ ਕੇ ਆਇਆ, 22,000 ਦੇ ਕਰੀਬ ਉਹਨੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਆਪਣੇ ਨਾਲ ਬੰਨ ਲਈਆਂ। ਜਿਉਂ ਉਹ ਦਿੱਲੀ ਤੋਂ ਤੁਰਿਆ ਹੈ, ਸਰਹੰਦ ਤੱਕ ਉਹਨੂੰ ਕਿਸੇ ਨੇ ਔਖਿਆ ਨਹੀਂ ਕੀਤਾ। ਹੁਣ ਸਰਹੰਦ ਦੇ ਲਾਗੇ ਆ ਕੇ ਜਦੋਂ ਸਿੰਘਾਂ ਨੂੰ ਪਤਾ ਲੱਗਾ ਹੈ ਕਿ ਇਹ ਤਾਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਵੀ ਲੈ ਚੱਲਿਆ ਲੱਦ ਕੇ, ਨਾਲ ਇਹਨੇ ਬਹੁਤ ਸਾਰਾ ਧਨ ਲੱਦਿਆ ਹੋਇਆ ਹੈ। ਨਾਦਰਸ਼ਾਹੀ ਲੁੱਟ ਦਿੱਲੀ ਦੀ ਬੜੀ ਜ਼ਿਆਦਾ ਮਸ਼ਹੂਰ ਹੈ, ਕੋਈ ਵੀ ਲੁੱਟ ਚਾੜੇ ਕਹਿੰਦੇ ਤੂੰ ਤੂੰ ਨਾਦਰਸ਼ਾਹੀ ਲੁੱਟ ਚਾੜੀ ਹੈ, ਕੋਈ ਲੁੱਟ ਚਾੜੇ ਨਾ ਜ਼ਿਆਦਾ ਲੁੱਟੀ, ਕਹਿੰਦੇ ਨੇ ਕਿ ਤੂੰ ਨਾਦਰਸ਼ਾਹੀ ਲੁੱਟ ਚਾੜੀ ਹੈ। ਹੁਣ ਇਹ ਜਦੋਂ ਸਰਹੰਦ ਟੱਪਿਆ ਹੈ ਤਾਂ ਸਿੰਘਾਂ ਨੇ ਫੈਸਲਾ ਕੀਤਾ ਕਿ ਇਹਦਾ ਭਾਰ ਹੌਲਾ ਕੀਤਾ ਜਾਵੇ। ਇਹਦੇ ਉੱਤੇ ਗਰੀਲਾ ਨੀਤੀ ਦੇ ਨਾਲ ਹਮਲੇ ਕੀਤੇ ਗਏ, ਹਮਲੇ ਕਰ ਕਰਕੇ ਜਿੱਥੇ ਲੁੱਟਿਆ ਹੋਇਆ ਖਜ਼ਾਨਾ ਇਹਦੇ ਕੋਲ ਵਾਪਸ ਖੋਇਆ, ਉੱਥੇ 22,000 ਜਿਹੜੀਆਂ ਬੰਧਕ ਬਣਾ ਕੇ ਗਜਨੀ ਅਤੇ ਬਸਰੇ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਅਤੇ ਹਿੰਦੁਸਤਾਨ ਦੀਆਂ ਔਰਤਾਂ ਵੇਚਣੀਆਂ ਸਨ, ਉਹਨਾਂ ਨੂੰ ਛਡਾ ਕੇ ਇਹਦਾ ਭਾਰ ਐਂ ਹੌਲਾ ਕਰ ਦਿੱਤਾ। ਜਦੋਂ ਇਹ ਲਾਹੌਰ ਪਹੁੰਚਦਾ, ਲਾਹੌਰ ਦਰਬਾਰ ਲਾਉਂਦਾ, ਤਤਕਾਲ ਦੇ ਵਿੱਚ ਜ਼ਕਰੀਆ ਖਾਨ ਨੂੰ ਬੁਲਾਉਂਦਾ ਹੈ, ਕਹਿੰਦਾ ਹੈ ਕਿ ਮੈਨੂੰ ਦੱਸੋ ਜਿਹੜੇ ਲੋਕਾਂ ਨੇ ਮੈਨੂੰ ਇੰਨਾ ਜ਼ਿਆਦਾ ਦੁਖੀ ਕੀਤਾ, ਮੇਰਾ ਸਾਰਾ ਲੁੱਟਦਾ ਸਮਾਨ ਜਿਨ੍ਹਾਂ ਨੇ ਖੋਹ ਲਿਆ, ਉਹ ਲੋਕ ਕੌਣ ਨੇ ਅਤੇ ਹੁਣ ਦੁਸ਼ਮਣ ਤੁਹਾਡੀ ਸਿਫਤ ਕਰ ਰਿਹਾ। ਉਹ ਕਹਿੰਦਾ ਕਿ ਅਸੀਂ ਇਹਨਾਂ ਨੂੰ ਸਾਗ ਕਹਿੰਦੇ ਹਾਂ, ਸਾਗ ਕਹਿੰਦੇ ਕੁੱਤੇ ਨੂੰ, ਪਰ ਇਹ ਮਾਲਕ ਦੇ ਵਫਾਦਾਰ ਕੁੱਤੇ ਨੇ, ਇਹ ਅਵਾਰਾ ਨਹੀਂ, ਇਹ ਆਪਣੇ ਮਾਲਕ ਦੇ ਬਦਲੇ ਮਰ ਜਾਂਦੇ ਆ ਪਰ ਪਿੱਛੇ ਨਹੀਂ ਹਟਦੇ। ਸਿਫਤਾਂ ਕਰ ਰਿਹਾ ਹੈ, ਕਹਿੰਦਾ ਇਹਨਾਂ ਦਾ ਲਿਬਾਸ ਕਿਹੋ ਜਿਹਾ ਹੈ, ਕਹਿੰਦਾ ਇਹਨਾਂ ਦੇ ਸਿਰਾਂ 'ਤੇ ਦਮਾਲੇ ਹੁੰਦੇ ਆ, ਉੱਪਰ ਚੱਕਰ ਚੜ੍ਹਾਏ ਹੁੰਦੇ ਆ, ਇਹਨਾਂ ਦੇ ਹੱਥ ਵਿੱਚ ਸਿਰ ਸਿਰ ਵਜਨ ਦੇ ਕੜੇ ਹੁੰਦੇ ਆ, ਉਹ ਕੜੇ ਇਕੱਲੇ ਕੜੇ ਨਹੀਂ, ਜਦੋਂ ਕਿਸੇ ਦੇ ਬੂਥੇ 'ਤੇ ਵੱਜਦੇ ਆ ਬਥਾੜ ਭੰਨ ਦਿੰਦੇ ਆ, ਇਹਨਾਂ ਦੀ ਢਾਕ ਦੇ ਨਾਲ 3 ਫੁੱਟੀ ਕਿਰਪਾਨ ਲਮਕੀ ਹੁੰਦੀ ਹੈ, ਅਤੇ ਜੰਗਲਾਂ ਦਾ ਸਾਰਾ ਨਕਸ਼ਾ ਸਾਹਮਣੇ ਖੋਲ੍ਹ ਕੇ ਰੱਖ ਰਿਹਾ ਜ਼ਕਰੀਆ ਖਾਨ। ਨਾਲ ਕਹਿੰਦਾ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹਨਾਂ ਦਾ ਇੱਕ ਸਥਾਨ ਹੈ, ਜਿਹਨੂੰ ਇਹ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਹਿੰਦੇ। ਅੱਜ ਵੀ ਬੜੇ ਨਿੰਦਕ ਪਾਵਨ ਅਸਥਾਨ ਦੀ ਨਿੰਦਿਆ ਕਰਦੇ ਆ, ਪਰ ਉਹਨਾਂ ਸਮਿਆਂ ਦੇ ਵਿੱਚ ਵੀ ਸਿੱਖਾਂ ਨੇ ਭਾਵੇਂ ਜਿੰਨੀ ਮਰਜ਼ੀ ਪਹਿਰੇਦਾਰੀ ਹੁੰਦੀ ਸੀ, ਰਾਤ ਆਉਂਦੇ ਸਨ ਚੁੱਪ ਚਪੀਤੇ ਦੱਬੇ ਪੈਰ ਘੋੜੇ ਪਿੱਛੇ ਬੰਨ ਦਿੰਦੇ ਆ, ਇਸ਼ਨਾਨ ਕਰਕੇ ਉਹਦੇ ਤੋਂ ਬਾਅਦ ਜਕਾਰੇ ਛੱਡਦੇ ਹੋਏ ਵਾਪਸ ਜਾਂਦੇ ਨੇ ਕਿ ਅਸੀਂ ਹੁਣ ਇਸ਼ਨਾਨ ਕਰਕੇ ਇੱਥੋਂ ਚਲੇ ਚੱਲੇ। ਇਹ ਜ਼ੁਰਤ ਸੀ ਉਦੋਂ ਦੇ ਸਿੱਖਾਂ ਦੇ ਵਿੱਚ, ਉਦੋਂ ਦੇ ਸਿੱਖ ਕਿੰਤੂ ਪਰੰਤੂ ਨਹੀਂ ਸੀ ਕਰਦੇ ਅੱਜ ਵਾਂਗ। ਸੋ ਕਹਿਣ ਤੋਂ ਭਾਵ ਕਹਿੰਦਾ ਕਿ ਇਹਨਾਂ ਦਾ ਇੱਕ ਸਥਾਨ ਹੈ ਅੰਮ੍ਰਿਤਸਰ ਦੇ ਵਿੱਚ, ਉੱਥੇ ਇਹਨਾਂ ਦੇ ਗੁਰੂ ਨੇ ਇੱਕ ਸਰੋਵਰ ਬਣਾਇਆ, ਜਿਵੇਂ ਆਪਣਾ ਆਬੇ ਹਯਾਤ ਹੈ, ਅਸੀਂ ਇਹਨਾਂ ਦੇ ਉਸ ਆਬੇ ਹਯਾਤ ਦੇ ਉੱਤੇ ਬੜੀ ਕਰੜੀ ਪਹਿਰੇਦਾਰੀ ਵੀ ਕਰਕੇ ਵੇਖੀ,
ਪਰ ਕਮਾਲ ਦੀ ਗੱਲ ਹੈ ਇਹ ਚੋਰੀ ਛੁਪੇ ਆ ਕੇ ਉਹਨਾਂ ਦੇ ਵਿੱਚ ਇਸ਼ਨਾਨ ਕਰ ਜਾਂਦੇ ਆ ਅਤੇ ਉਹਦੇ ਵਿੱਚ ਇੰਨੀ ਸ਼ਕਤੀ ਹੈ ਕਿ ਮੁਰਦਿਆਂ ਦੇ ਵਿੱਚ ਵੀ ਜਾਨ ਪਾ ਦਿੰਦਾ ਹੈ ਉਹ ਸਰੋਵਰ ਦਾ ਜਲ। ਆਓ ਦੁਸ਼ਮਣ ਦੇ ਮੁੱਖ ਦੇ ਵਿੱਚੋਂ ਤੁਹਾਡੀ ਸਿਫਤ, ਤੁਹਾਡੇ ਪੁਰਖਿਆਂ ਦੀ ਸਿਫਤ, ਤੁਹਾਡੇ ਪ੍ਰਾਤਨ ਸਰੂਪ ਦੀ ਸਿਫਤ ਸਰਵਣ ਕਰੀਏ ਜੀ। ਪੱਧਰੀ ਵਾਲਾ ਕਵੀਸ਼ਰੀ ਜੱਥਾ ਇਵੇਂ ਬਿਆਨ ਕਰਦਾ। ਸੁਣੋ ਬਾਦਸ਼ਾਹ ਸਾਖੀ ਸਿੱਖਾਂ ਦੀ ਬਿਆਨ ਕਰਾਂ, ਕਿਹੋ ਜਿਹਾ ਰੂਪ ਅਤੇ ਕਿਹੋ ਜਿਹੀ ਪਛਾਣ ਹੈ। ਸੁਣੋ ਬਾਦਸ਼ਾਹ ਸਾਖੀ ਸਿੱਖਾਂ ਦੀ ਬਿਆਨ ਕਰਾਂ, ਕਿਹੋ ਜਿਹਾ ਰੂਪ ਅਤੇ ਕਿਹੋ ਜਿਹੀ ਪਛਾਣ ਹੈ। ਆਖਦੇ ਹਾਂ ਸਾਗੇ ਅਸੀਂ ਮਾਲਕੇ ਦੇ ਵਫਾਦਾਰ, ਸਾਨੂੰ ਟੁੱਟ ਟੁੱਟ ਪੈਂਦੀ ਜਿਵੇਂ ਆਣ ਹੈ। ਸਿਰ ਤੇ ਦੁਮਾਲੇ ਉੱਤੇ ਚੱਕਰ ਸਜਾਏ ਹੁੰਦੇ, ਨਾਲ ਟੰਗੀ ਤਿੰਨ ਫੁੱਟੀ ਕਿਰ ਪਾਣ ਹੈ। ਹੱਥਾਂ ਵਿੱਚ ਕੜੇ ਪਾਏ ਸੇਰ ਸੇਰ ਵਜਣ ਦੇ, ਪੰਨ ਦੇਂਦੇ ਬੂਤਾ ਜਦੋਂ ਵੱਜਦੀ ਉਹ ਆਣ ਹੈ। ਉਹ ਗਲ ਵਿੱਚ ਲੰਮਾ ਚੋਲਾ ਤੇੜ ਵੱਡੀ ਕਾਸ਼ ਪਾਉਣ, ਤੇਰੇ ਉੱਤੇ ਦਾੜੇ ਬੜਾ ਕੇਸਾਂ ਉੱਤੇ ਮਾਣ ਹੈ। ਉਹ ਜੰਗ ਵਿੱਚ ਜਾਣ ਪਾਵੇ ਕੱਢ ਦੇ ਜਲੂਸ ਹੋਣ, ਜੰਗ ਵਿੱਚ ਜਾਣ ਪਾਵੇ ਕੱਢ ਦੇ ਜਲੂਸ ਹੋਣ। ਅੱਗੇ ਚੁੱਲ੍ਹੇ ਪਿਆ ਪੰਥ ਦਾ ਨਿਸ਼ਾਨ ਹੈ। ਉਹ ਮੂੰਹੋਂ ਇਹ ਹਰ ਵੇਲੇ ਬਾਣੀ ਤਾਂ ਹੀ ਪੜੀ ਜਾਂਦੇ, ਗੁਰੂ ਤਾਂ ਹੀ ਸਦਾ ਹਾਜ਼ਰ ਨਾਜ਼ਰ ਇਹ ਜਾਣ ਹੈ। ਕਈ ਵਾਰੀ ਘਰ ਘੱਟ ਇਹਨਾਂ ਦੇ ਤਬਾਹ ਕੀਤੇ, ਫਿਰਾਂ ਦੇ ਵੀ ਰੱਖ ਵੇਖੇ ਇਹਨਾਂ ਦੇ ਨਾਮ ਹੈ। ਜੰਗਲਾਂ 'ਚ ਜਾ ਪੈਂਦੇ ਸਖਤੀ ਜੇ ਹੋਵੇ ਕਦੇ, ਇਹਨਾਂ ਲਈ ਤਾਂ ਖੁਸ਼ੀ ਕਿਹੜਾ ਜੰਗ ਦਾ ਮੈਦਾਨ ਹੈ। ਭੁੱਜੇ ਛੋਲੇ ਖਾ ਕੇ ਕਹਿੰਦੇ ਚੱਬ ਲੈ ਬਦਾਮ ਅਸਾਂ, ਜੰਗਲਾਂ ਦੇ ਪੱਤੇ ਕਹਿੰਦੇ ਸ਼ਾਹੀ ਪਕਵਾਨ ਹੈ। ਘੋੜਿਆਂ ਦੀ ਕਾਠੀ ਉੱਤੇ ਨੀਂਦ ਪੂਰੀ ਕਰ ਲੈਂਦੇ, ਖੋਲੇ ਜਦੋਂ ਅੱਖ ਉਦੋਂ ਉੱਠਦਾ ਤੂਫਾਨ ਹੈ। ਧੀ ਹੋਵੇ ਕਿਸੇ ਦੀ ਵੀ ਉਸ ਨੂੰ ਬਚਾਉਣ ਦੇ ਲਈ, ਹਰ ਸਿੱਖ ਵਾਰ ਦਿੰਦਾ ਆਪਣੀ ਇਹ ਜਾਨ ਹੈ। ਮਰੇ ਜਿਹੇ ਘੋੜੇ ਨਾਹੀਂ ਕਿਸੇ ਤਾਹੀ ਦਾਹੀ ਦਿੰਦੇ, ਹਰ ਇੱਕ ਵਿੱਚ ਜਿਵੇਂ ਹਾਥੀ ਜਿੰਨਾ ਤਾਣ ਹੈ। ਆਪਣੇ ਗੁਰੂ ਦੀ ਨਿੰਦਾ ਕੰਨੀ ਕਦੇ ਸੁਣ ਦੇਣਾ, ਆਪਣੇ ਗੁਰੂ ਦੀ ਨਿੰਦਾ ਕੰਨੀ ਕਦੇ ਸੁਣ ਦੇਣਾ, ਕਰ ਦਿੰਦੇ ਪੇਟ ਪਲਾਂ ਵਿੱਚ ਕਰ ਪਾਣ ਹੈ। ਤਾਕਤੇ ਹੈ ਮਿਲੇ ਜਿੱਥੋਂ ਇਹਨਾਂ ਤਾਹੀ ਲੜਨੇ ਦੀ, ਅੰਮ੍ਰਿਤ ਸਰ ਵਿੱਚ ਇਹਨਾਂ ਦਾ ਸਥਾਨ ਹੈ। ਆਪੇ ਹਯਾ ਦੀ ਉੱਤੇ ਪਹਿਰਾ ਅਸੀਂ ਬੜੇ ਲਾਇਆ, ਚੋਰੀ ਛੁਪੇ ਕਰ ਲੈਂਦੇ ਆਣ ਇਸ਼ਨਾਨ ਹੈ। ਇਹਨਾਂ ਦੇ ਗੁਰੂ ਨੇ ਉੱਥੇ ਤਾਕਤ ਹੈ ਐਸੀ ਭਰੀ, ਮੁਰਦਿਆਂ ਵਿੱਚ ਨਾ ਕੇ ਪੈ ਜਾਂਦੀ ਜਾਨ ਹੈ। ਤੁਸਾਂ ਦੀ ਨੀ ਲੁੱਟ ਕੱਲੀ ਕਰੀ ਇਹਨਾਂ ਕਾਫਰਾਂ ਨੇ, ਅਸਾਂ ਦਾ ਵੀ ਮਨ ਬੜਾ ਡਾਡਾ ਪਰੇਸ਼ਾਨ ਹੈ। ਵੇਖਣ ਨੂੰ ਵੱਖ ਵੱਖ, ਲੜਨੇ ਨੂੰ ਇਕੱਠੇ, ਫੇਰ ਕੀ ਬਿਆਨ ਹੋਰ ਥੱਕਦੀ ਜ਼ਬਾਨ ਹੈ। ਗੁਰੂ ਦੇ ਆ ਸੇਵਕਾਂ ਦੇ ਕੌਤਕ ਅਜੀਬ ਬਣੇ, ਪੱਧਰੀ ਜਾਂ ਸ਼ਹਿਰ ਇੱਕ ਕਰ ਦਾ ਬਿਆਨ ਹੈ, ਪੱਧਰੀ ਜਾਂ ਸ਼ਹਿਰ ਇੱਕ ਕਰ ਦਾ ਬਿਆਨ ਹੈ। ਜਦੋਂ ਜ਼ਕਰੀਆ ਖਾਨ ਨੇ ਇਹ ਗੱਲ ਸ਼ਾਹ ਨੂੰ ਦੱਸੀ, ਕਹਿੰਦਾ ਬਾਦਸ਼ਾਹ ਸੀ ਇਕੱਲੇ ਪਰੇਸ਼ਾਨ ਨਹੀਂ, ਤੁਸੀਂ ਇਕੱਲੇ ਪਰੇਸ਼ਾਨ ਨਹੀਂ, ਸਾਡਾ ਵੀ ਇਹਨਾਂ ਨੇ ਨੱਕ ਦੇ ਵਿੱਚ ਦਮ ਕੀਤਾ ਹੋਇਆ, ਤਾਂ ਉਸ ਵੇਲੇ ਨਾਦਰ ਸ਼ਾਹ ਕਹਿੰਦਾ ਕਿ ਜਿੰਨੀ ਛੇਤੀ ਹੋ ਸਕਦਾ ਇਹਨਾਂ ਦੇ ਉੱਤੇ ਕਾਬੂ ਪਾ ਲਓ, ਉਹ ਦਿਨ ਦੂਰ ਨਹੀਂ ਜਦੋਂ ਦਿੱਲੀ ਅਤੇ ਲਾਹੌਰ ਦੇ ਤਖਤਾਂ ਉੱਤੇ ਇਹਨਾਂ ਦਾ ਰਾਜ ਹੋਵੇਗਾ। ਅਤੇ ਸੱਚ ਜਾਣੇ ਉਹ ਗੱਲ ਸੱਚ ਹੋਈ, ਤੁਹਾਡਾ ਰਾਜ ਰਿਹਾ ਲਾਹੌਰ ਦੇ ਉੱਤੇ, ਦਿੱਲੀ ਤੱਕ ਤੂਤੀ ਬੋਲਦੀ ਸੀ,
ਐਡਾ ਹਲੇਮੀ ਰਾਜ, ਇੰਨਾ ਵਧੀਆ ਰਾਜ ਅਜੇ ਤੱਕ ਕਿਸੇ ਕੌਮ ਦਾ ਨਹੀਂ ਹੋਇਆ, ਨਾ ਪਹਿਲਾਂ ਨਾ ਬਾਅਦ ਦੇ ਵਿੱਚ। ਡੇਢ ਬਾਦਸ਼ਾਹ ਕੌਮ ਮੰਨਦੀ ਹੈ ਆਪਣਾ, ਪੂਰਾ ਬਾਬਾ ਬੰਦਾ ਸਿੰਘ ਬਹਾਦਰ ਅਤੇ ਅੱਧਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ। ਕਿਉਂ? ਕਿਉਂਕਿ ਆ ਨਾਭਾ ਪਟਿਆਲਾ ਰਿਆਸਤਾਂ ਨੇ ਮਹਾਰਾਜਾ ਸਾਹਿਬ ਨੂੰ ਆਪਣਾ ਮਹਾਰਾਜਾ ਨਹੀਂ ਮੰਨਿਆ, ਵਖਰੇਵਾਂ ਬਣਿਆ ਰਿਹਾ, ਪਰ ਉਹਨਾਂ ਨੇ ਵਿਰੋਧ ਵੀ ਨਹੀਂ ਕੀਤਾ। ਕਹਿਣ ਤੋਂ ਭਾਵ ਕਿ ਭਵਿੱਖਬਾਣੀ ਅੱਗੇ ਆ ਕੇ ਸੱਚ ਹੁੰਦੀ ਹੈ। ਸੋ ਜਦੋਂ ਇਹ ਗੱਲ ਵਾਪਰਦੀ ਹੈ ਤਾਂ ਜ਼ਕਰੀਆ ਖਾਨ ਨੇ ਮੋਮਨ ਖਾਨ ਨੂੰ ਕੋਲ ਬੁਲਾਇਆ, ਕਹਿੰਦਾ ਕਿ ਸਿੱਖਾਂ 'ਤੇ ਸਖਤੀ ਕਰੋ, ਜਿਹੜੇ ਆਰਾਮ ਦੇ ਨਾਲ ਰਹਿਣ ਵਾਲੇ ਨੇ ਉਹਨਾਂ ਨੂੰ ਵੀ ਘਰਾਂ 'ਚੋਂ ਕੱਢ ਕੱਢ ਕੇ ਉਹਨਾਂ ਨੂੰ ਵੀ ਜਾਂ ਤਾਂ ਮੁਸਲਮਾਨ ਬਣਾ ਲਓ, ਜੇ ਨਹੀਂ ਬਣਦੇ ਤਾਂ ਉਹਨਾਂ ਦੇ ਘਰ ਘਾਟ ਲੁੱਟ ਲਓ, ਸਾੜ ਦਿਓ, ਤੁਹਾਨੂੰ ਕਤਲ ਮਾਫ਼ ਹੈ, ਜਿਹਦਾ ਵੀ ਕਤਲ ਕਰ ਦਿਓਗੇ ਤੁਹਾਨੂੰ ਕੋਈ ਪੁੱਛ ਪੜਤਾਲ ਨਹੀਂ ਹੋਵੇਗੀ, ਕੋਈ ਕਿਸੇ ਪਾਸੇ ਸੁਣਵਾਈ ਨਹੀਂ ਹੋਵੇਗੀ। ਸਿੱਖ ਨੂੰ ਮਾਰਨ ਦਾ ਕੋਈ ਵੀ ਉਹਨਾਂ ਨੇ ਮੁੱਲ ਨਹੀਂ ਰਹਿਣ ਦਿੱਤਾ। ਕਹਿੰਦੇ ਨੇ ਕਿ ਜਿਹੜਾ ਮਾਰ ਕੇ ਲਿਆਵੇਗਾ ਅਸੀਂ ਸਗੋਂ ਤੁਹਾਨੂੰ ਇਨਾਮ ਦੇਵਾਂਗੇ, ਕਿਸੇ ਦੇ ਕਤਲ ਦਾ ਕੋਈ ਮੁੱਲ ਨਹੀਂ ਪੈਣ ਦੇਵਾਂਗੇ। ਇਸੇ ਤਰ੍ਹਾਂ ਹੋਇਆ, ਇਹਨਾਂ ਨੇ ਸਖਤੀ ਕੀਤੀ। ਇੱਕ ਸੰਤ ਪੁਰਸ਼ ਭਾਈ ਤਾਰਾ ਸਿੰਘ ਜੀ ਵਾਂ ਵਾਲੇ, ਜਿਹੜੇ ਜਿਨ੍ਹਾਂ ਨੂੰ ਕੌਮ ਸੰਤ ਮੰਨਦੀ ਹੈ, ਉਹ ਆਰਾਮ ਦੇ ਨਾਲ ਸੇਵਾ ਕਰਦੇ ਨੇ, ਆਏ ਗਏ ਸਿੰਘਾਂ ਦੀ, ਆਈ ਗਈ ਸੰਗਤ ਦੀ ਵੀ ਸੇਵਾ ਕਰਦੇ ਨੇ। ਤਕੀ ਬੇਗ ਵਰਗਿਆਂ ਨੇ ਜਾ ਕੇ, ਮੋਮਨ ਖਾਨ ਵਰਗਿਆਂ ਨੇ ਜਾ ਕੇ ਉਸ ਸੰਤ ਪੁਰਸ਼ ਨੂੰ ਵੀ ਸ਼ਹੀਦ ਕਰ ਦਿੱਤਾ। ਜਦੋਂ ਭਾਈ ਤਾਰਾ ਸਿੰਘ ਜੀ ਵਾਂ ਦੀ ਸ਼ਹਾਦਤ ਹੋ ਗਈ, ਉਹਦੇ ਤੋਂ ਬਾਅਦ ਸਿੱਖ ਸੰਗਤਾਂ ਨੂੰ ਰੋਹ ਚੜਿਆ, ਜਿਹੜੇ ਜੰਗਲਾਂ ਵਿੱਚ ਗਏ ਸੀ ਉਹ ਵੀ ਵਾਪਸ ਪਰਤਣੇ ਸ਼ੁਰੂ ਹੋ ਗਏ, ਪਿੰਡਾਂ ਵਾਲਿਆਂ ਨੇ ਵੀ ਜੋਸ਼ ਖਾਧਾ। ਇਹਨਾਂ ਨੇ ਕਿਹਾ ਕਿ ਹੁਣ ਸਰਕਾਰ ਨੂੰ ਸਤਾਉਣਾ ਚਾਹੀਦਾ, ਸਰਕਾਰ ਦੇ ਨੱਕ ਵਿੱਚ ਦਮ ਕਰਨਾ ਚਾਹੀਦਾ। ਇਹਨਾਂ ਨੇ ਸਰਕਾਰੀ ਖਜ਼ਾਨੇ ਲੁੱਟਣੇ ਸ਼ੁਰੂ ਕਰ ਦਿੱਤੇ। ਇੱਧਰੋਂ ਮੁਲਤਾਨ ਵੱਲੋਂ ਆਉਂਦੇ ਹੋਏ ਖਜ਼ਾਨੇ ਜਿਹੜੇ ਆ ਇੱਥੇ ਕਾਨੇ ਕਾਸੇ ਦੇ ਨੇੜੇ ਲੁੱਟੇ ਗਏ। ਇਸੇ ਤਰ੍ਹਾਂ ਆ ਆਪਣੇ ਨਗਰ ਨੇੜੇ ਆ ਚਵਿੰਡਾ, ਇੱਥੋਂ ਦੇ ਬਹਾਦਰ ਸਿੰਘ ਨੇ, ਉਹਨਾਂ ਨੇ ਆਪਣੇ ਸਿੰਘਾਂ ਦੇ ਨਾਲ ਮਿਲ ਕੇ ਇਹ ਜਰਨੈਲੀ ਸੜਕ 'ਤੇ ਜਾਂਦਾ ਹੋਇਆ ਜਿਹੜਾ ਖਜ਼ਾਨਾ ਉਹ ਲੁੱਟ ਲਿਆ। ਗੋਇੰਦਵਾਲ ਦੇ ਪਤਨ 'ਤੇ ਜਾ ਰਿਹਾ ਸੀ ਮੁਰਤਜਾ ਖਾਨ, ਉਹਨੂੰ ਲੁੱਟ ਲਿਆ ਗਿਆ। ਇਸੇ ਤਰ੍ਹਾਂ ਇੱਕ ਨੂੰ ਜੰਡਿਆਲੇ ਲਾ ਕੇ ਲੁੱਟ ਲਿਆ ਗਿਆ। ਜਦੋਂ ਇਹ ਲੁੱਟ ਕੀਤੀ ਗਈ ਸਿੰਘਾਂ ਦੇ ਦੁਆਰਾ, ਇਹਨਾਂ ਨੇ ਜਾ ਕੇ ਫਿਰ ਲਾਹੌਰ ਦਰਬਾਰ ਦੇ ਵਿੱਚ ਫਰਿਆਦ ਕੀਤੀ। ਚੌਧਰੀਆਂ ਨੂੰ ਲੁੱਟਿਆ ਗਿਆ, ਤਗੜੇ ਨੂੰ ਸਿੰਘ ਲੁੱਟਦੇ ਆ ਅਤੇ ਮਾੜੇ ਨੂੰ ਵੰਡ ਦਿੰਦੇ ਆ। ਚੌਧਰੀ ਵੀ ਜਾ ਕੇ ਰੋਏ, ਕਹਿੰਦੇ ਕਿ ਸਾਡਾ ਤਾਂ ਬੜਾ ਬੁਰਾ ਹਾਲ ਹੈ, ਜੇ ਸਾਡਾ ਇਹ ਹਾਲ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਜਦੋਂ ਸਖਤੀ ਹੋਈ ਤਾਂ ਫਿਰ ਦੁਬਾਰਾ ਸਿੰਘ ਜੰਗਲਾਂ ਨੂੰ ਜਾਣੇ ਸ਼ੁਰੂ ਹੋ ਗਏ। ਇੱਧਰੋਂ ਚਵਿੰਡੇ ਦੇ ਵਿੱਚ ਬਹਾਦਰ ਸਿੰਘ ਆਪਣੇ ਲੜਕੇ ਦਾ ਵਿਆਹ ਧਰਕੇ ਬੈਠਾ ਹੋਇਆ ਸੀ। ਇੱਥੇ ਹੁਣ ਜਦੋਂ ਵਿਆਹ ਹੋ ਰਿਹਾ ਹੈ, ਬਹਾਦਰ ਸਿੰਘ ਆਪਣੇ ਪੁੱਤਰ ਨੂੰ ਵਿਆਹਣ ਵਾਸਤੇ ਜੰਜ ਲੈ ਕੇ ਪਿੰਡ 'ਚੋਂ ਬਾਹਰ ਗਿਆ। ਹੁਣ ਹੋਇਆ ਕਿ ਪਿੱਛੇ ਪਿੰਡ ਦੇ ਵਿੱਚ ਬੀਬੀਆਂ ਨੇ, ਬੀਬੀਆਂ ਦਾ ਇਤਿਹਾਸ ਬਹੁਤ ਨਿਵੇਕਲਾ, ਬੜਾ ਨਿਰਾਲਾ ਹੈ। ਸਿੱਖ ਧਰਮ ਦੇ ਵਿੱਚ ਬੀਬੀਆਂ ਦੀ ਵੀ ਬੜੀ ਕੁਰਬਾਨੀ ਹੈ ਅਤੇ ਆਪਣੇ ਇਲਾਕੇ ਦੀ ਚਵਿੰਡੇ ਦੀਆਂ ਸਿੰਘਣੀਆਂ ਦਾ ਇਤਿਹਾਸ ਤਾਂ ਬਹੁਤ ਨਿਰਾਲਾ ਹੈ ਨਾ। ਕਿਉਂਕਿ ਮੋਮਨ ਖਾਨ ਵਰਗੇ ਇਹ ਸੋਚ ਕੇ ਜਦੋਂ ਕਿਸੇ ਸੂਈਏ ਨੇ, ਮੁਖਬਰ ਨੇ ਖਬਰ ਦਿੱਤੀ ਕਿ ਅੱਜ ਚਵਿੰਡੇ ਦੇ ਵਿੱਚ ਇਕੱਲੀਆਂ ਬੀਬੀਆਂ, ਬਜ਼ੁਰਗ ਅਤੇ ਛੋਟੇ ਛੋਟੇ ਬੱਚੇ ਨੇ, ਅੱਜ ਜੇ ਤੁਸੀਂ ਉੱਥੇ ਹਮਲਾ ਕਰਦੇ ਹੋ, ਇੱਕ ਤਾਂ ਤੁਹਾਡੇ ਹੱਥ ਸਿੱਖਾਂ ਦੀਆਂ ਇਸਤਰੀਆਂ ਲੱਗ ਜਾਣਗੀਆਂ ਅਤੇ ਦੂਸਰਾ ਉਹਨਾਂ ਦੇ ਕੋਲੋਂ ਬਦਲਾ ਲੈਣ ਦਾ ਮੌਕਾ ਮਿਲ ਜਾਵੇਗਾ ਜਿਹੜਾ ਉਹਨਾਂ ਨੇ ਖਜ਼ਾਨੇ ਲੁੱਟੇ ਆ। ਸੋ ਕੌਮ ਦੀ ਮਹਾਨ ਹਸਤੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਪਾਪੀ ਗੁਰਬਚਨੇ ਨਿਰੰਕਾਰੀ ਨੂੰ ਸੋਧਾ ਲਾਇਆ ਅਤੇ ਕੌਮ ਦੀ ਡਿੱਗੀ ਹੋਈ ਪੱਗ ਜਿਹੜੀ ਹੈ ਕੌਮ ਦੇ ਸਿਰ ਉੱਤੇ ਯੋਧਿਆਂ ਬਹਾਦਰਾਂ ਨੇ ਸਮੇਂ ਸਮੇਂ ਅਨੁਸਾਰ ਰੱਖੀ ਹੈ, ਉਹ ਸੰਗਤ 'ਚ ਆਏ ਨੇ। ਨਾਲ ਭਾਈ ਤਰਲੋਚਨ ਸਿੰਘ ਜੀ ਸੋਹਲ ਸਾਹਿਬ, ਕੁਲਦੀਪ ਸਿੰਘ ਜੀ ਮੋਦੇ, ਆਓ ਇੱਕ ਜਕਾਰੇ ਦੇ ਨਾਲ ਸਵਾਗਤ ਕਰੀਏ। ਸਾਰੀ ਸੰਗਤ ਜਵਾਬ ਦਿਓ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੰਤ ਮਹਾਂਪੁਰਸ਼ ਕਾਰ ਸੇਵਾ ਵਾਲੇ ਸੰਤ ਬਾਬਾ ਕਿਰਪਾਲ ਸਿੰਘ ਜੀ, ਉਹ ਵੀ ਇਸ ਵੇਲੇ ਸੰਗਤ ਦੇ ਵਿੱਚ ਵਿਰਾਜਮਾਨ ਨੇ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ,
ਹਾਜ਼ਰੀ ਦਰ ਪ੍ਰਵਾਨ ਕਰਨ। ਸੋ ਆਓ ਕੇਵਲ ਇੱਕ ਚੀਜ਼ ਕਹਿਣੀ ਹੈ ਕਿਉਂਕਿ ਸਿੰਘ ਸਾਹਿਬ ਜੀ ਨੇ ਬਾਅਦ ਵਿੱਚ ਸੰਗਤਾਂ ਦੇ ਦਰਸ਼ਨ ਕਰਨੇ ਆ। ਸੋ ਇਹਨਾਂ ਨੇ ਜਦੋਂ ਹਮਲਾ ਕੀਤਾ ਚਿਵੰਡੇ ਪਿੰਡ ਦੇ ਉੱਤੇ ਤਾਂ ਸਿੰਘਣੀਆਂ ਨੂੰ ਵੀ ਕਿਸੇ ਨੇ ਪਹਿਲਾਂ ਆ ਕੇ ਦੱਸ ਦਿੱਤਾ ਬਹਾਦਰ ਸਿੰਘ ਦੀ ਪਤਨੀ ਨੂੰ ਕਿ ਮੋਮਨ ਚੜ੍ਹ ਕੇ ਆ ਰਹੇ ਨੇ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਚਿਵੰਡੇ ਦੇ ਵਿੱਚ ਇਕੱਲੀਆਂ ਇਸ ਵੇਲੇ ਬੀਬੀਆਂ ਬੱਚੇ ਅਤੇ ਬਜ਼ੁਰਗ ਨੇ ਅਤੇ ਬਹਾਦਰ ਸਿੰਘ ਦੀ ਪਤਨੀ ਨੇ ਮੇਲਣਾਂ ਨੂੰ ਇਕੱਠੀਆਂ ਕਰਕੇ ਪਿੰਡ ਦੀਆਂ ਸਿੰਘਣੀਆਂ ਨੂੰ ਇਕੱਠੀਆਂ ਕਰਕੇ ਇੱਕ ਤਕਰੀਰ ਕੀਤੀ, ਭੈਣੋ ਅੱਜ ਵੇਲਾ ਆ ਗਿਆ ਹੈ, ਆਪਾਂ ਵਾਰਸ ਹਾਂ ਮਾਤਾ ਭਾਗ ਕੌਰ ਦੀਆਂ, ਆਪਾਂ ਵਾਰਸ ਹਾਂ ਬਹਾਦਰ ਹਰਸ਼ਰਨ ਕੌਰ ਵਰਗੀਆਂ ਦੀਆਂ, ਆਪਾਂ ਵਾਰਸ ਹਾਂ ਮਾਤਾ ਗੁਜਰ ਕੌਰ ਦੀਆਂ, ਅਤੇ ਜੇ ਅੱਜ ਇਹ ਮੋਮਨ ਸਾਨੂੰ ਇੱਥੋਂ ਜਿਉਂਦਿਆਂ ਨੂੰ ਚੁੱਕ ਕੇ ਲੈ ਗਏ ਤਾਂ ਸਾਡੇ ਮਰਦਾਂ ਦੀ ਸਾਡੀ ਇੱਜ਼ਤ ਕੀ ਰਹਿ ਜਾਵੇਗੀ। ਨਾਲੇ ਇੱਕ ਮੌਕਾ ਹੋਰ ਹੈ, ਸਾਡੇ ਮਰਦਾਂ ਨੇ ਤਾਂ ਬੜੀਆਂ ਤੇਗਾਂ ਮਾਰੀਆਂ, ਜੇ ਅੱਜ ਅਸੀਂ ਵੀ ਤੇਗਾਂ ਮਾਰ ਲਈਏ ਤਾਂ ਸਾਡਾ ਵੀ ਇਤਿਹਾਸ ਵਿੱਚ ਨਾਂ ਰਹਿ ਜਾਵੇਗਾ। ਸੋ ਚਵਿੰਡੇ ਦੀਆਂ ਸਿੰਘਣੀਆਂ ਨੇ ਤਿਆਰੀ ਕਰ ਲਈ ਹੈ। ਉੱਧਰੋਂ ਇਹ ਮੋਮਨ ਜਿਹੜੇ ਆ ਬਾਹਰੋਂ ਆਏ, ਤੀਰਾਂ ਦੇ ਨਾਲ ਹਮਲਾ ਹੋਇਆ, ਮੈਂ ਬਹੁਤਾ ਵਿਸਥਾਰ 'ਚ ਨਹੀਂ ਜਾਣਾ, ਨਵਾਂ ਹੀ ਪ੍ਰਸੰਗ ਅਜੇ ਤਿਆਰ ਕੀਤਾ, ਨਵੇਕਲੀ ਖੋਜ ਹੈ। ਸੋ ਇੱਕੋ ਚੀਜ਼ ਕਹਿ ਕੇ ਅਖੀਰਲੀ ਆਪ ਜੀ ਕੋਲ ਖਿਮਾ ਮੰਗ ਲੈਣੀ ਹੈ। ਤੀਰਾਂ ਨਾਲ ਲੜਾਈ ਹੋਈ ਹੈ, ਤੋੜੇਦਾਰ ਰਾਈਫਲਾਂ ਚੱਲੀਆਂ ਨੇ, ਅਖੀਰ ਚਵਿੰਡੇ ਦੀਆਂ ਗਲੀਆਂ ਦੇ ਵਿੱਚ ਤਲਵਾਰਾਂ ਦੇ ਨਾਲ ਲੜਾਈ ਹੋਣ ਜਾ ਰਹੀ ਹੈ, ਕਿਉਂਕਿ ਬਹਾਦਰ ਸਿੰਘ ਦੀ ਸਿੰਘਣੀ ਨੇ ਕਿਹਾ ਕਿ ਇਹਨਾਂ ਨੂੰ ਗਲੀਆਂ ਵਿੱਚ ਆ ਲੈਣ ਦਿਓ, ਜਦੋਂ ਇਹ ਮੋਮਣ ਜਦੋਂ ਇਹ ਤੁਰਕ ਗਲੀਆਂ ਵਿੱਚ ਆ ਜਾਣਗੇ ਇਹਨਾਂ ਨੂੰ ਇਹੋ ਜਿਹੇ ਤਲਵਾਰ ਦੀ ਮਾਰ ਮਾਰੋ ਕਿ ਪੁਸ਼ਤਾਂ ਤੱਕ ਯਾਦ ਰੱਖਣ। ਅਤੇ ਸੱਜਾਂ ਨੇ ਉੱਥੇ ਇੱਕ ਵਰਤਾਰਾ ਵਰਤਿਆ, ਇਹ ਜਦੋਂ ਗਲੀਆਂ ਦੇ ਵਿੱਚ ਦਾਖਲ ਹੋਏ ਸਿੰਘਣੀਆਂ ਨੇ ਐਸੀ ਤੇਗ ਵਾਹੀ, ਇਹ ਦੌੜਦੇ ਜਾਂਦੇ ਕਹਿੰਦੇ ਨੇ ਕਿ ਸ਼ਹੀਦੀ ਫੌਜਾਂ ਆ ਗਈਆਂ, ਦੌੜੋ ਭੱਜ ਕੇ ਜਾਨ ਬਚਾ ਲਓ। ਲਾਹੌਰ ਦਰਬਾਰ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਕਿਹਾ ਕਿ ਅਸੀਂ ਸਿੰਘਣੀਆਂ ਨਾਲ ਤਾਂ ਲੜ ਲੈਂਦੇ ਪਰ ਜਿਹੜੀਆਂ ਉਹਨਾਂ ਦੇ ਨਾਲ ਇੱਕ ਇੱਕ ਸਿੰਘਣੀ ਦੇ ਨਾਲ ਸੌ ਸੌ ਸ਼ਹੀਦ ਸਿੰਘ ਦਾ ਪਹਿਰਾ ਸੀ, ਅਸੀਂ ਉਹਨਾਂ ਨਾਲ ਨਹੀਂ ਸੀ ਲੜ ਸਕਦੇ। ਉਹ ਕਿਵੇਂ ਤੁਰਕ ਮੋਮਨ ਚਵਿੰਡੇ ਦੇ ਵਿੱਚੋਂ ਦੌੜ ਰਹੇ ਨੇ ਅਤੇ ਲਾਹੌਰ ਜਾ ਕੇ ਸਾਹ ਲੈਂਦੇ ਆ ਅਤੇ ਲਾਹੌਰ ਵੀ ਜਾ ਕੇ ਕਹਿੰਦੇ ਆ ਕਿ ਸ਼ਹੀਦੀ ਫੌਜਾਂ ਨਾਲ ਅਸੀਂ ਨਹੀਂ ਲੜ ਸਕਦੇ, ਸ਼ਹੀਦੀ ਫੌਜਾਂ ਦੇ ਪਹਿਰੇ ਕਿਵੇਂ ਵਰਤਦੇ ਆ ਜੀ, ਪੱਤਰੀ ਵਾਲਾ ਕਵੀ ਸ਼੍ਰੀ ਯਥਾ ਇਵੇਂ ਬਿਆਨ ਕਰਦਾ। ਵਿੱਚ ਚਵਿੰਡੇ ਮੱਚ ਗਈ ਹੈ ਲਹੂ ਮੇਜ ਦੀ ਕਹਾਣੀ, ਵਿੱਚ ਗਲੀਆਂ ਦੇ ਨੱਚਦੀ ਫਿਰਦੀ ਦਿਸੇ ਮੌਤ ਦੀ ਰਾਣੀ, ਉਹ ਸਿੰਘਣੀਆਂ ਤੇ ਗਾਂ ਖਿੱਚੀਆਂ ਖੂਨ ਦੀਆਂ ਜੋ ਤਿਆਈਆਂ, ਭੱਜੋ ਭੱਜ ਕੇ ਜਾਨ ਬਚਾ ਲਓ ਸ਼ਹੀਦੀ ਫੌਜਾਂ ਆਈਆਂ। ਓ ਵਿੱਚ ਚਵਿੰਡੇ ਮੱਚ ਗਈ ਹੈ ਲਹੂ ਮੇਜ ਦੀ ਕਹਾਣੀ, ਵਿੱਚ ਗਲੀਆਂ ਦੇ ਨੱਚਦੀ ਫਿਰਦੀ ਦਿਸੇ ਮੌਤ ਦੀ ਰਾਣੀ, ਸਿੰਘਣੀਆਂ ਤੇ ਗਾਂ ਖਿੱਚੀਆਂ ਖੂਨ ਦੀਆਂ ਜੋ ਤਿਆਈਆਂ, ਭੱਜੋ ਭੱਜ ਕੇ ਜਾਨ ਬਚਾ ਲਓ ਸ਼ਹੀਦੀ ਫੌਜਾਂ ਆਈਆਂ। ਓ ਕਾਮਾ ਕਹਿੰਦਾ ਭੱਜ ਮੀਤਿਆ ਮੌਤ ਚੜੀਆਂ ਪੱਬੀ, ਦਿਸਦਾ ਨਹੀਂ ਹੁਣ ਨੂਰਾ ਬੂਰਾ ਦਿਸਦੇ ਹੀ ਤਾਂ ਲੱਭੀ, ਓ ਇਹ ਤਾਂ ਪੈਣਾ ਕਾਲ ਦੀਆਂ ਜੋ ਅਸੀਂ ਸਮਝੀਆਂ ਮਾਈਆਂ, ਭੱਜੋ ਭੱਜ ਕੇ ਜਾਨ ਬਚਾ ਲਓ ਸ਼ਹੀਦੀ ਫੌਜਾਂ ਆਈਆਂ। ਓ ਮੰਗਵੀਆਂ ਤਾੜਾਂ ਅੱਗੇ ਪਿੱਛੇ ਖਾਖਾ ਡਿੱਗਣ ਠੇਡੇ, ਹੋਣੀ ਬੜੀ ਡਰਾਉਣੀ ਦਿਸਦੀ ਸਿਖਰ ਦੁਪਹਿਰੇ ਖੇਡੇ, ਓ ਇੱਕ ਦੂਜੇ ਤੋਂ ਅੱਗੇ ਜਾਂਦੇ ਦਿੰਦੇ ਨਹੀਂ ਜੇ ਦਾਈਆਂ, ਭੱਜੋ ਭੱਜ ਕੇ ਜਾਨ ਬਚਾ ਲਓ ਸ਼ਹੀਦੀ ਫੌਜਾਂ ਆਈਆਂ। ਓ ਮੋਮਣ ਖਾਵੀ ਮੋਮ ਹੋ ਗਿਆ ਤੱਕੇ ਜਦ ਇਹ ਕਾਰੇ, ਸੁਣ ਸੁਣ ਕੰਬਦੀ ਰੋਏ ਉਹਨਾਂ ਦੀ ਇੱਕ ਦੂਜੇ ਦੇ ਹਾੜੇ, ਓ ਲੱਗੇ ਫੱਟ ਸਰੀਰਾਂ ਉੱਤੇ ਲਾਵੇ ਕੌਣ ਦਵਾਈਆਂ,
ਭੱਜੋ ਭੱਜ ਕੇ ਜਾਣ ਬਚਾ ਲੋ ਸ਼ਹੀਦੀ ਫੌਜਾਂ ਆਈਆਂ। ਉਹ ਹੂਰਾਂ ਲੱਭਦੇ ਆਪਣੀਆਂ ਹੂਰਾਂ ਕਰ ਬੈਠੇ ਕਈ ਰੰਡੀਆਂ, ਝੰਡੇ ਕੱਟਣ ਗਏ ਗਵਾ ਕੇ ਆ ਗਏ ਆਪਣੀਆਂ ਝੰਡੀਆਂ। ਕਹਿੰਦੇ ਸ਼ਰਾਬ ਅੰਗੂਰਾਂ ਵਾਲੀ ਪਰ ਮਿਲੂ ਸਰਾਈਆਂ, ਭੱਜੋ ਭੱਜ ਕੇ ਜਾਣ ਬਚਾ ਲੋ ਸ਼ਹੀਦੀ ਫੌਜਾਂ ਆਈਆਂ। ਇੱਕ ਸਿੰਘਣੀ ਨਾਲ ਸੌ ਸ਼ਹੀਦ ਦਾ ਲੱਗਾ ਸ਼ਹੀਦੀ ਪਹਿਰਾ, ਰਾਤ ਹਨੇਰੀ ਤਾਰੇ ਦਿਸਦੇ ਉਹਦਾ ਸਿਖਰ ਤੇ ਪਹਿਰਾ। ਪੈਰਾਂ ਦੇ ਨਾਲ ਲਿਤੜੀ ਜਾਂਦੇ ਕੰਡੇ ਦਬਦੇ ਕਈਆਂ, ਭੱਜੋ ਭੱਜ ਕੇ ਜਾਣ ਬਚਾ ਲੋ ਸ਼ਹੀਦੀ ਫੌਜਾਂ ਆਈਆਂ। ਹੋ ਜੇ ਬੀਬੀਆਂ ਹੋਵਣ ਅੱਗੇ ਕਿਹੜਾ ਕੰਮ ਸੀ ਔਖਾ, ਜਗੋ ਤੇਰਵਾਂ ਸਾਡੇ ਨਾਲ ਤਾਂ ਹੋ ਗਿਆ ਕੰਮ ਅਨੋਖਾ। ਇਹਨਾਂ ਦੀਆਂ ਸਿੱਖੀ ਫਸਲਾਂ ਹੋਈਆਂ ਦੂਣ ਸਵਾਈਆਂ, ਭੱਜੋ ਭੱਜ ਕੇ ਜਾਣ ਬਚਾ ਲੋ ਸ਼ਹੀਦੀ ਫੌਜਾਂ ਆਈਆਂ। ਉਹ ਗੁਰਸੇਵਕ ਸਿੰਘ ਪੱਧਰੀ ਆਖੇ ਮੱਝਿਆ ਵੇਖ ਅਖਾੜਾ, ਸਿੰਘਣੀਆਂ ਨਾਲ ਪੰਗਾ ਲੈ ਕੇ ਪਾਲਿਆ ਹੋਰ ਪਵਾੜਾ। ਜਰਨੈਲਾਂ ਦੇ ਜੰਗ ਦੀਆਂ ਵਾਰਾਂ ਕਰਕੇ ਯਾਦ ਸੁਣਾਈਆਂ, ਭੱਜੋ ਭੱਜ ਕੇ ਜਾਣ ਬਚਾ ਲੋ ਸ਼ਹੀਦੀ ਫੌਜਾਂ ਆਈਆਂ। ਭੱਜੋ ਭੱਜ ਕੇ ਜਾਣ ਬਚਾ ਲੋ ਸ਼ਹੀਦੀ ਫੌਜਾਂ ਆਈਆਂ। ਕੌਮ ਦੇ ਮਹਾਨ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਮੋਦੇ, ਉਹਨਾਂ ਦੇ ਨਾਮ ਤੋਂ ਕਿਉਂਕਿ 78 ਦੇ ਸਾਕੇ ਵਿੱਚ ਸ਼ਹੀਦ ਹੋਏ ਨੇ, ਉਹਨਾਂ ਦੇ ਪੋਤਰੇ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ ਹੈ। ਇੱਕ ਭੈਣ ਅਰਦਾਸ ਕਰਾਉਂਦੀ ਹੈ, ਵੈਸੇ ਸਾਰੇ ਹੀ ਅਰਦਾਸ ਕਰ ਲਈਏ। ਉਹ ਭੈਣ ਕਹਿੰਦੀ ਹੈ ਕਿ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਮੈਨੂੰ ਬਾਣੀ ਦੀ ਦਾਤ ਬਖਸ਼ਿਸ਼ ਕਰੋ, ਮੈਂ ਬਾਣੀ ਪੜ੍ਹਦੀ ਰਵਾਂ ਅਤੇ ਇੱਥੇ ਸੇਵਾ ਵੀ ਕਰਦੀ ਰਵਾਂ। ਆਓ ਸਾਰੇ ਸਤਿਗੁਰੂ ਕੋਲੋਂ ਮੰਗੀਏ ਕਿ ਸਾਨੂੰ ਬਾਣੀ ਪੜ੍ਹਨ ਦੀ ਦਾਤ ਮਿਲ ਜਾਵੇ। ਕਹੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਡੇ ਬਹੁਤ ਹੀ ਸਤਿਕਾਰਯੋਗ ਸੈਕਟਰੀ ਸਾਹਿਬਾਨ ਵੀਰ ਜੀ ਡਾਕਟਰ ਮੇਜਰ ਸਿੰਘ ਜੀ ਬੇਅੰਤ ਮਾਇਆ ਅਰਦਾਸ ਕਰਾਉਂਦੇ ਨੇ। ਸ਼ਮਸ਼ੇਰ ਸਿੰਘ ਜੀ ਦੋਧੀ ਮੋਦੇ, ਉਹ ਵੀ ਹਾਜ਼ਰੀ ਲਵਾ ਰਹੇ ਨੇ। ਭਾਈ ਬਲਦੇਵ ਸਿੰਘ ਜੀ ਮੋਦੇ ਹਾਜ਼ਰੀ ਲਵਾ ਰਹੇ ਨੇ। ਭਾਈ ਪ੍ਰਗਟ ਸਿੰਘ ਜੀ ਜੋ ਸ਼੍ਰੋਮਣੀ ਕਮੇਟੀ ਵਿੱਚ ਡਿਊਟੀ ਵੀ ਕਰਦੇ ਆ, ਉਹਨਾਂ ਵੱਲੋਂ ਵੀ ਇਸ ਵੇਲੇ ਹਾਜ਼ਰੀ ਲਵਾਈ ਜਾ ਰਹੀ ਹੈ। ਗੁਰਵਿੰਦਰ ਸਿੰਘ ਜੀ ਮੋਦੇ ਹਾਜ਼ਰੀ ਲਵਾ ਰਹੇ ਨੇ। ਹਰਦੀਪ ਸਿੰਘ ਜੀ ਪ੍ਰਧਾਨ ਸਾਹਿਬ ਹਾਜ਼ਰੀ ਲਵਾ ਰਹੇ ਨੇ। ਨਿਰਮਲ ਸਿੰਘ ਜੀ ਪ੍ਰਧਾਨ ਸਾਹਿਬ ਹਾਜ਼ਰੀ ਲਵਾ ਰਹੇ ਨੇ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਹਿਬ। ਬਾਬਾ ਗੁਰਮੁਖ ਸਿੰਘ ਜੀ ਬੱਚੀ ਪਿੰਡ, ਉਹ ਸੰਘ ਤੋਂ ਹੀ ਸਭਾਏਮਾਨ ਨੇ। ਭਾਈ ਅਜਾਇਬ ਸਿੰਘ ਜੀ ਅੰਮ੍ਰਿਤਸਰ, ਨਿਰਮਲ ਸਿੰਘ ਜੀ ਰਾਜੇ ਸਾਂਸੀ, ਜੱਗਾ ਸਿੰਘ ਜੀ ਬੱਚੀ ਪਿੰਡ, ਹੋਰ ਬੇਅੰਤ ਸੰਗਤਾਂ ਹਾਜ਼ਰੀਆਂ ਲਵਾ ਰਹੀਆਂ ਨੇ ਜੀ। ਸੋ ਆਓ, ਦਿੱਤਾ ਹੋਇਆ ਸਮਾਂ ਸਮਾਪਤ ਹੈ। ਸੋ ਥੋੜ੍ਹੇ ਸਮੇਂ ਦੇ ਵਿੱਚ ਇਤਿਹਾਸ ਬਿਆਨ ਕਰਦਿਆਂ ਗਲਤੀਆਂ ਵੀ ਵਧੇਰੇ ਹੋ ਜਾਂਦੀਆਂ ਨੇ। ਸੋ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਇਹ ਜਥਾ ਤੁਹਾਡਾ ਆਪਣਾ ਹੀ ਇਲਾਕੇ ਦਾ, ਗੁਰਸੇਵਕ ਸਿੰਘ ਪੱਧਰੀ, ਭਚੰਗੀ ਯਾਦਵਿੰਦਰ ਸਿੰਘ ਪੱਧਰੀ ਅਤੇ ਜਰਨੈਲ ਸਿੰਘ ਆਪਣੇ ਬਿਲਕੁਲ ਨੇੜੇ ਦਾ ਬੱਚੀ ਪਿੰਡ ਦਾ ਸਿੰਘ ਹੈ। ਸੋ ਇਸੇ ਤਰ੍ਹਾਂ ਸੇਵਾ ਕਰੀ ਦੀ ਹੈ, ਯਾਦ ਕਰ ਲਿਆ ਕਰੋ। ਸੋ ਧੰਨਵਾਦ ਹੈ ਜਿਨ੍ਹਾਂ ਨੇ ਯਾਦ ਕੀਤਾ। ਸੋ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।